ਤਾਂ 50 ਕਿਲੋਗ੍ਰਾਮ ਦਾ ਮਿਸ਼ਰਣ ਹੈ ਔਰ ਉਸ ਮਿਸ਼ਰਣ ਦੇ ਵਿੱਚ ਜਿਹੜਾ ਕਿੰਨੇ ਪ੍ਰਤੀਸ਼ਤ ਸ਼ੀਸ਼ਾ ਵੀ ਸਟਾਰਟਿੰਗ ਤੋਂ ਕਿੰਨਾ ਬੁਲਿਆਣ ਨੇ 60 ਪ੍ਰਤੀਸ਼ਤ ਦੇਖੋ ਸ਼ੀਸ਼ਾ ਜੇ ਤਾਂ 60 ਪ੍ਰਤੀਸ਼ਤ ਹੈ ਔਰ ਦੂਸਰਾ ਟਿਨ ਕਿੰਨਾ ਹੋ ਜਾਏਗਾ 40% ਚਾਹੇ ਇਹਨੂੰ ਰੇਸ਼ੋ ਦੇ ਨਾਲ ਵੀ ਤੁਸੀਂ ਕਰ ਸਕਦੇ ਠੀਕ ਹੈ ਦੇਖੋ ਨਹੀਂ ਜਾਂ ਆਪਾਂ ਪ੍ਰਤੀਸ਼ਤ ਨਾਲ ਕਰਨਾ ਨੂੰ ਰੇਸ਼ੋ ਨਾਲ 2:3 ਕਰ ਲਓ ਜਿਵੇਂ ਤੁਹਾਨੂੰ ਸਹੀ ਲੱਗਦਾ ਹੈ ਤਾਂ ਚਲੋ 50 ਕਿਲੋਗ੍ਰਾਮ ਦਾ 60% ਚੈੱਕ ਕਰ ਲਓ ਤਾਂ 50 × 60 ਬਟਾ 2 ਹੋ ਜਾਏਗਾ 100 ਦੋ ਜ਼ੀਰੋ ਕੈਨਸਲ ਹੋ ਜਾਣਗੇ ਤਾਂ 6 × 5 ਕਿੰਨਾ ਹੋ ਜਾਏਗਾ 30 ਮਤਲਬ ਕਿ 30 ਕਿਲੋਗ੍ਰਾਮ ਆਪਣੇ ਕੋਲ ਕੀ ਹੈ ਸ਼ੀਸ਼ਾ ਹੈ ਜੇ 30 ਕਿਲੋਗ੍ਰਾਮ ਸ਼ੀਸ਼ਾ ਹੈ ਤਾਂ ਟਿਨ ਕਿੰਨਾ ਹੋਏਗਾ ਟਿਨ ਕਿੰਨਾ ਹੋ ਜਾਏਗਾ 20 ਟੋਟਲ 50 ਤਾਂ ਇਹ ਵਾਲਾ ਕਿੰਨਾ ਬਚਿਆ 20 ਕਿਲੋਗ੍ਰਾਮ ਫਿਰ ਕਹਿੰਦਾ ਕਿੰਨਾ ਸ਼ੀਸ਼ਾ ਹੋਰ ਮਿਲਾਇਆ ਜਾਏ ਤਾਂ ਦੇਖੋ ਸ਼ੀਸ਼ਾ ਮਿਲਾਇਆ ਜਾਣਾ ਤੇ ਸ਼ੀਸ਼ਾ ਮਿਲਾਇਆ ਜਾਣਾ ਤਾਂ ਟਿਨ ਦਾ 20 ਕਿਲੋਗ੍ਰਾਮ ਪਹਿਲਾਂ ਸੀ ਹੁਣ ਵੀ ਪਰਸੈਂਟੇਜ ਦੇ ਵਿੱਚ ਜ਼ਰੂਰ ਫਰਕ ਪੈ ਜਾਏਗਾ ਪਰ ਟਿਨ ਜਿਹੜਾ ਕਿਲੋਗ੍ਰਾਮ ਦੇ ਵਿੱਚ ਸੇਮ ਹੀ ਰਹੇਗਾ ਤਾਂ ਕਿੰਨਾ ਰਹਿ ਜਾਏਗਾ ਵੀ 20 ਕਿਲੋਗ੍ਰਾਮ ਲੇਕਿਨ ਕਿੰਨਾ ਸ਼ੀਸ਼ਾ ਜਿਹੜਾ 75% ਹੋ ਗਿਆ ਤਾਂ ਇਹ ਵਾਲਾ ਕਿੰਨਾ ਹੋ ਗਿਆ 75% ਜੇ ਇਹ 75% ਹੈ ਤਾਂ ਟਿਨ ਫਿਰ ਨਾਲ ਕਿੰਨਾ ਹੋ ਜਾਏਗਾ ਟੋਟਲ ਕੁਆਂਟੀਟੀ 100% ਹੋਏਗੀ ਤਾਂ ਜੇ 75 ਹੈ ਤਾਂ ਦੂਸਰਾ ਕਿੰਨਾ ਹੋਏਗਾ 25% ਤਾਂ ਦੇਖੋ 25% ਦੀ ਕੀਮਤ ਕਿੰਨੀ ਹੈ 20 ਕਿਲੋਗ੍ਰਾਮ ਤਾਂ 25 ਦਾ 3 ਗੁਣਾ ਨਾ 75% ਤਾਂ ਨੂੰ 3 ਗੁਣਾ ਕਰ ਤੂੰ 20 ਤੀਆ ਕਿੰਨਾ ਹੋ ਜਾਏਗਾ 60 ਕਿਲੋਗ੍ਰਾਮ ਇਹ ਵਾਲਾ ਬਣ ਜਾਏਗਾ 60 ਕਿਲੋਗ੍ਰਾਮ ਮਤਲਬ ਕਿ 30 ਕਿਲੋਗ੍ਰਾਮ ਤੇ 60 ਕਿਲੋਗ੍ਰਾਮ ਹੋ ਰਿਹਾ ਤਾਂ ਕਿੰਨਾ ਐਡ ਹੋ ਰਿਹਾ 30 ਕਿਲੋਗ੍ਰਾਮ ਆਨਸਰ ਆ ਜਾਏਗਾ ਤਾਂ ਇਹਦੇ ਵਿੱਚ ਜਿਹੜੀ ਸ਼ੀਸ਼ੇ ਦੀ ਜਿਹੜੀ ਹੈ ਸ਼ੀਸ਼ਾ ਕਿੰਨਾ ਬਣਾਇਆ ਜਾਣਾ ਚਾਹੀਦਾ 30 ਕਿਲੋਗ੍ਰਾਮ ਚਲੋ ਠੀਕ ਹੈ ਸਾਜਨੀਆ